ਸਤ ਸ੍ਰੀ ਅਕਾਲ ਵੈਲਕਮ ਟੂ ਬਲੂਬਲ ਟ੍ਰਿਵੋ ਮੈਂ ਹਰਜਿਤੰਦਰ ਸਿੰਘ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਨੀ ਹੈ ਜਿਹੜੇ ਆਲਰੇਡੀ ਰਿਫਿਊਜ਼ ਨੇ ਕੈਨੇਡਾ ਦੇ ਵਿੱਚੋਂ ਤੇ ਫਿਰ ਵੀ ਦੁਬਾਰਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਉਹ ਕਿਵੇਂ ਕਰ ਸਕਦੇ ਨੇ ਕੀ ਉਹਨਾਂ ਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ ਤੇ ਅੱਜ ਦੀ ਡੇਟ ਵਿੱਚ ਕੈਨੇਡਾ ਟੂਰਿਸਟ ਵੀਜ਼ਾ ਦਾ ਟ੍ਰੈਂਡ ਕੀ ਹੈ ਯਾਨੀ ਕਿ ਹੋਟਲ ਬੁਕਿੰਗ ਤੇ ਟ੍ਰੈਂਡ ਕੀ ਚੱਲ ਰਿਹਾ ਵੀਜ਼ਾ ਆ ਰਿਹਾ ਹੈ ਨਹੀਂ ਤੇ ਅੱਜ ਦੀ ਵੀਡੀਓ 'ਚ ਆਪਾਂ ਇਹਦੇ ਬਾਰੇ ਹੀ ਗੱਲ ਕਰਾਂਗੇ ਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈਣਾ ਇਹਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਜੋ ਤੁਹਾਡੇ ਕਾਫੀ ਕੰਮ ਦੀਆਂ ਹੋਣਗੀਆਂ ਹੈਲਪ ਕਰਨਗੀਆਂ ਤੁਹਾਡੇ ਵੀਜ਼ਾ ਲੈਣ ਦੇ ਵਿੱਚ ਸਭ ਤੋਂ ਪਹਿਲਾਂ ਯਾਦ ਰੱਖੋ ਕਿ ਜੇ ਤੁਹਾਡਾ ਕੈਨੇਡਾ ਵਿੱਚੋਂ ਵੀਜ਼ਾ ਰਿਫਿਊਜ਼ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਵੀਜ਼ਾ ਰਿਫਿਊਜ਼ ਹੋਣਾ ਇੱਕ ਡਿਫਰੈਂਟ ਗੱਲ ਹੁੰਦੀ ਹੈ ਵੀਜ਼ਾ ਰਿਫਿਊਜ਼ ਹੋ ਸਕਦਾ ਉਹ ਕਿਸੇ ਵੀ ਰੀਜ਼ਨ ਤੋਂ ਹੋ ਸਕਦਾ ਹੋ ਸਕਦਾ ਹੈ ਜਿਸ ਵੀਜ਼ਾ ਆਫਸਰ ਨੇ ਤੁਹਾਡੀ ਫਾਈਲ ਚੈੱਕ ਕੀਤੀ ਹੋਵੇ ਉਹਨੂੰ ਲੱਗਿਆ ਹੋਵੇ ਕਿ ਤੁਸੀਂ ਕੈਨੇਡਾ ਜਾ ਕੇ ਵਾਪਿਸ ਨਹੀਂ ਆਓਗੇ ਤੇ ਤੁਹਾਨੂੰ ਰਿਫਿਊਜ਼ ਕਰਤਾ ਹੋਵੇ ਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹਨੇ ਤੁਹਾਡੀ ਫਾਈਲ ਨੂੰ ਪੂਰੀ ਤਰ੍ਹਾਂ ਨਾ ਦੇਖਿਆ ਹੋਵੇ ਨਾ ਤੁਹਾਡੀ ਫਾਈਲ ਨੂੰ ਸਮਝ ਸਕਿਆ ਹੋਵੇ ਜਿਸ ਦੇ ਕਰਕੇ ਤੁਹਾਨੂੰ ਰਿਫਿਊਜ਼ ਕਰ ਦਿੱਤਾ ਹੋਵੇ ਐਵੇਂ ਦੇ ਰੀਜ਼ਨ ਕਾਫੀ ਦੇਖਣ ਨੂੰ ਮਿਲਦੇ ਨੇ ਕਈ ਵਾਰੀ ਹੁੰਦਾ ਕੀ ਹੈ ਕਿ ਰਿਫਿਊਜ਼ਲ ਤੋਂ ਬਾਅਦ ਅਪਲਾਈ ਜਦੋਂ ਕੀਤਾ ਜਾਂਦਾ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਬਹੁਤ ਐਵੇਂ ਦੇ ਐਪਲੀਕੈਂਟ ਨੇ ਜਿਨ੍ਹਾਂ ਨੂੰ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਮਿਲਦਾ ਹੈ ਤੇ ਜੇ ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੈ ਤੇ ਵਰੀ ਨਾ ਕਰੋ ਤੁਸੀਂ ਵੀ ਦੁਬਾਰਾ ਅਪਲਾਈ ਕਰ ਸਕਦੇ ਹੋ ਬਟ ਜਿਹੜੀ ਮੇਨ ਗੱਲ ਯਾਦ ਰੱਖਣ ਵਾਲੀ ਉਹ ਇਹ ਹੈ ਕਿ ਤੁਸੀਂ ਐਲੀਜੀਬਲ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਐਲੀਜੀਬਲ ਹੈਗੇ ਹੋ ਥੈਨ ਹੀ ਅਪਲਾਈ ਕਰਿਓ ਤੇ ਜੇ ਤੁਹਾਡਾ ਵੀਜ਼ਾ ਰਿਫਿਊਜ਼ ਤਾਂ ਹੋਇਆ ਕਿ ਤੁਸੀਂ ਐਲੀਜੀਬਲ ਹੀ ਨਹੀਂ ਸੀ ਤੁਸੀਂ ਵੀਜ਼ਾ ਅਪਲਾਈ ਕਰਤਾ ਸੀਗਾ ਉਹ ਇੱਕ ਡਿਫਰੈਂਟ ਗੱਲ ਹੈ ਉਸ ਕੇਸ 'ਚ ਦੁਬਾਰਾ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ eligibility check ਕਰਨ ਲਈ ਸਾਡੇ کافی ਵੀਡੀਓਜ਼ ਬਣੀਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਜਾ ਕੇ ਜਿਨ੍ਹਾਂ ਵਿੱਚ ਅਸੀਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਕਿਹਨਾਂ ਨੂੰ ਮਿਲਦਾ ਹੈ ਤੇ ਕਿਸ ਤਰੀਕੇ ਨਾਲ ਈਜ਼ੀਲੀ ਜਿਹੜਾ ਕੈਨੇਡਾ ਦਾ ਵੀਜ਼ਾ ਲਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਧਿਆਨ ਰੱਖੋ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੈ ਤੇ ਰਿਫਿਊਜ਼ ਤੋਂ ਬਾਅਦ ਤੁਸੀਂ ਦੁਬਾਰਾ ਅਪਲਾਈ ਕਰਨ ਜਾ ਰਹੇ ਹੋ ਤਾਂ ਇੱਕ ਚੀਜ਼ ਬੜੀ ਮੈਟਰ ਕਰਦੀ ਹੈ ਕਿ ਜੋ ਤੁਹਾਡੀ ਫਾਈਲ ਪਹਿਲਾਂ ਲੱਗੀ ਹੈ ਉਹ ਫਾਈਲ ਸੇਮ ਟੂ ਸੇਮ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੇ ਉਹ ਫਾਈਲ ਨਹੀਂ ਹੈ ਤੇ ਤੁਹਾਨੂੰ ਐਟ ਲਿਸਟ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫਾਈਲ ਦੇ ਵਿੱਚ ਲੱਗਾ ਕੀ ਹੈ। ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਡਾਕੂਮੈਂਟ ਕੀ ਲੱਗੇ ਨੇ, ਕੀ ਡਾਕੂਮੈਂਟ ਯੂਜ਼ ਕੀਤੇ ਗਏ ਸੀ, ਕੀ ਤੁਹਾਡੇ ਬਾਰੇ ਇਨਫੋਰਮੇਸ਼ਨ ਦਿੱਤੀ ਗਈ ਹੈ। ਜੇ ਤੁਹਾਨੂੰ ਨਹੀਂ ਪਤਾ ਤੇ ਬਿਲਕੁਲ ਅਪਲਾਈ ਨਾ ਕਰੋ, ਆਪਣੀ ਫਾਈਲ ਨੂੰ ਹੋਲਡ ਤੇ ਰੱਖ ਲਓ। ਕੈਨੇਡਾ ਦੀ ਜਗ੍ਹਾ ਕੋਈ ਹੋਰ ਕੰਟਰੀ ਚੂਜ਼ ਕਰ ਲਓ, ਉਧਰ ਚਲੇ ਜਾਓ ਬਟ ਕੈਨੇਡਾ ਨਾ ਅਪਲਾਈ ਕਰੋ। ਕਿਉਂਕਿ ਕੈਨੇਡਾ ਦੀ ਏ ਚੀਜ਼ ਖਾਸੀਅਤ ਹੈਗੀ ਹੈ ਕਿ ਜੇ ਤੁਸੀਂ ਪ੍ਰੋਫਾਈਲ ਪਹਿਲਾਂ ਆਪਣੀ ਸਬਮਿਟ ਕੀਤੀ ਹੈ। ਤੇ ਹੁਣ ਉਹਨੂੰ ਤੁਸੀਂ ਟੋਟਲੀ ਚੇਂਜ ਕਰਕੇ ਲਾ ਰਹੇ ਹੋ ਤੇ ਪਿਛਲੀ ਪ੍ਰੋਫਾਈਲ ਨਾਲ ਕਨਟਰੈਡਿਕਟ ਕਰ ਰਹੀ ਹੈ ਆਪਸ ਵਿੱਚ ਮੈਚ ਨਹੀਂ ਕਰ ਰਹੀ ਉੱਥੋਂ ਲੱਗ ਰਿਹਾ ਕਿ ਤੁਸੀਂ ਜੋ ਇਨਫੋਰਮੇਸ਼ਨ ਪਹਿਲਾਂ ਦਿੱਤੀ ਹੈ ਜਾਂ ਤਾਂ ਉਹ ਝੂਠੀ ਸੀ ਜਾਂ ਫਿਰ ਹੁਣ ਝੂਠੀ ਇਨਫੋਰਮੇਸ਼ਨ ਦੇ ਰਹੇ ਹੋ ਉਸ ਕੇਸ 'ਚ ਵੀਜ਼ਾ ਆਫਸਰ ਨੇ ਤੁਹਾਡੀ ਪ੍ਰੋਫਾਈਲ ਨੂੰ ਰਿਜੈਕਟ ਵੀ ਕਰਨਾ ਹੈ ਨਾਲ ਤੁਹਾਡੀ ਪ੍ਰੋਫਾਈਲ ਤੇ ਬੈਨ ਵੀ ਲੱਗ ਜਾਣਾ ਹੈ ਦੈਨ ਤੁਸੀਂ ਕਦੀ ਅਪਲਾਈ ਨਹੀਂ ਕਰ पाओगे ਇਸ ਕਰਕੇ ਜੇ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਜੋ ਤੁਹਾਡੀ ਪ੍ਰੋਫਾਈਲ ਲੱਗੀ ਹੈ ਉਹ ਸਾਰੀ ਦੀ ਸਾਰੀ ਕਲੈਕਟ ਕਰ ਲਓ ਦੈਨ ਅਪਲਾਈ ਕਰੋ ਜੇ ਤੁਹਾਡੇ ਕੋਲ ਕੰਪਲੀਟ ਫਾਈਲ ਨਹੀਂ ਹੈਗੀ ਤਾਂ ਐਟ ਲੀਸਟ ਤੁਹਾਡੇ ਕੋਲ ਇਨਫੋਰਮੇਸ਼ਨ ਜ਼ਰੂਰ ਹੋਵੇਗੀ ਤੁਸੀਂ ਇਨਫੋਰਮੇਸ਼ਨ ਭਰੀ ਗਈ ਸੀ ਜੇ ਇਨਫੋਰਮੇਸ਼ਨ ਪਤਾ ਹੈ ਸੇਮ ਇਨਫੋਰਮੇਸ਼ਨ ਭਰ ਕੇ ਤੁਸੀਂ ਫਾਈਲ ਲਾ ਸਕਦੇ ਹੋ ਕਿਉਂਕਿ ਡਾਕੂਮੈਂਟ ਰਿਕੁਆਇਰਡ ਨਹੀਂ ਹੁੰਦੇ ਜਸਟ ਇਨਫੋਰਮੇਸ਼ਨ ਮੈਚ ਕਰਨ ਲਈ ਚਾਹੀਏ ਹੁੰਦੇ ਨੇ ਇਸ ਤਰੇਕੇ ਨਾਲ ਜੇ ਤੁਸੀਂ ਕੰਪਲੀਟ ਫਾਈਲ ਨੂੰ ਦੁਬਾਰਾ ਲਾਂਦੇ ਤਾਂ ਅੱਜ ਦੀ ਡੇਟ 'ਚ ਰਿਜ਼ਲਟ ਜਿਹੜੇ ਨੇ ਰਿਫਿਊਜ਼ਲ ਵਾਲਿਆਂ ਲਈ ਵਧੀਆ ਚੱਲ ਰਹੇ ਨੇ ਰਿਫਿਊਜ਼ਲ ਵਾਲੇ ਨੂੰ ਵੀਜ਼ੇ ਮਿਲ ਰਹੇ ਨੇ ਤੇ ਸਭ ਤੋਂ ਵਧੀਆ ਜਿਹੜੀ ਗੱਲ ਹੈ ਉਹ ਇਹ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਰਿਜ਼ਲਟ ਜਿਹੜੇ ਨੇ ਉਹ ਵੀ ਜਲਦੀ ਆ ਰਹੇ ਨੇ ਇਸ ਦੇ ਨਾਲ ਨਾਲ ਤੁਸੀਂ ਆਪਣੀ ਪ੍ਰੋਫਾਈਲ 'ਚ ਥੋੜੀ-ਬਹੁਤ ਚੇਂਜਸ ਕਰਕੇ ਵੀ ਫਾਈਲ ਆਪਣੀ ਜਿਹੜੀ ਹੈ ਸਬਮਿਟ ਕਰ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਜੇ ਫਾਈਲ ਪਹਿਲਾਂ ਸਬਮਿਟ ਕੀਤੀ ਸੀਗੀ ਆਪਣੀ ਪੂਰੀ ਫੈਮਿਲੀ ਦੇ ਨਾਲ ਹੁਣ ਤੁਸੀਂ ਕਪਲ ਫਾਈਲ ला ਸਕਦੇ ਹੋ ਜੇ ਕਪਲ ਚਲਾਈ ਹੋਈ ਹੈ then ਫੈਮਿਲੀ ਨਾਲ ਵੀ ला ਸਕਦੇ ਹੋ ਇਕੱਲੇ ਵੀ ਫਾਈਲ ला ਸਕਦੇ ਹੋ ਆਪਣੇ ਫੈਮਿਲੀ ਟਾਈਸ ਜਿਹੜੇ ਆ ਸਟਰੋਂਗ ਦਿਖਾ ਕੇ ਆਪਣੇ ਫਾਈਨੈਂਸ਼ੀਅਲ ਟਾਈਸ ਜਿਹੜੇ ਆ ਸਟਰੋਂਗ ਦਿਖਾ ਕੇ then ਤੁਸੀਂ ਫਾਈਲ ਲਾਓਗੇ then ਤੁਹਾਡੇ ਰਿਜ਼ਲਟ ਤੋਂ ਨੂੰ ਜ਼ਿਆਦਾ ਵਰਗ ਦੀ ਅਦਿਕਨ ਨੂੰ ਮਿਲਣਗੇ ਜੇ ਤੁਸੀਂ ਆਲਰੇਡੀ ਪਹਿਲਾਂ ਰਿਫਿਊਜ਼ ਹੋ ਤਾਂ ਸਾਡੀ ਟੀਮ ਤੋਂ ਆਪਣੀ ਪ੍ਰੋਫਾਈਲ ਜਿਹੜੀ ਐਸੈਸਮੈਂਟ ਕਰਵਾ ਸਕਦੇ ਹੋ then ਜੇ ਤੁਸੀਂ ਐਲੀਜੀਬਲ ਹੁੰਦੇ ਹੋ then ਤੁਸੀਂ ਅਪਲਾਈ ਵੀ ਕਰ ਸਕਦੇ ਹੋ ਤੇ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਚ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ